ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਦੀ ਹੈ। ਗੁਰਮੀਤ ਨਾਮ ਦਾ ਇੱਕ ਕਿਸਾਨ ਪਿੰਡ ਵਿੱਚ ਰਹਿੰਦਾ ਸੀ। ਉਸਦੇ ਕੋਲ ਇੱਕ ਬਹੁਤ ਸੋਹਣਾ ਚਿੱਟਾ ਘੋੜਾ ਤੇ ਇੱਕ ਮੁਰਗਾ ਰੱਖਿਆ ਹੋਇਆ ਸੀ। ਗੁਰਮੀਤ ਆਪਣੇ ਘੋੜੇ ਦੀ ਬਹੁਤ ਸੰਭਾਲ ਰੱਖਦਾ ਸੀ। ਇੱਕ ਦਿਨ ਕੀ ਹੋਇਆ, ਘੋੜਾ ਬਹੁਤ ਬਿਮਾਰ ਹੋ ਗਿਆ। ਘੋੜੇ ਤੋਂ ਉੱਠ ਖੜਾ ਵੀ ਨਹੀਂ ਹੁੰਦਾ ਸੀ। ਕਿਸਾਨ ਨੇ ਡੰਗਰ ਡਾਕਟਰ ਨੂੰ ਬੁਲਾਇਆ। ਡਾਕਟਰ ਸਾਹਿਬ ਦੇਖਿਓ, ਮੇਰੇ ਘੋੜੇ ਨੂੰ ਇਹ ਉੱਠ ਹੀ ਨਹੀਂ ਰਿਹਾ। ਡਾਕਟਰ ਨੇ ਘੋੜੇ ਨੂੰ ਦੇਖਿਆ ਤੇ ਦਵਾਈ ਦੇ ਦਿੱਤੀ। ਘੋੜੇ ਨੂੰ ਮੈਂ ਦਵਾਈ ਦੇ ਦਿੱਤੀ ਆ ਜੀ, ਜੇਕਰ ਘੋੜਾ 2 ਦਿਨ ਵਿੱਚ ਠੀਕ ਹੋ ਗਿਆ ਫਿਰ ਤਾਂ ਕੋਈ ਘਬਰਾਉਣ ਦੀ ਗੱਲ ਨਹੀਂ, ਜੇਕਰ ਘੋੜਾ 2 ਦਿਨ ਵਿੱਚ ਨਾ ਠੀਕ ਹੋਇਆ ਫਿਰ ਇਸਨੂੰ ਮਾਰਨਾ ਪੈਣਾ, ਕਿਉਂਕਿ ਇਸਨੂੰ ਛੂਤ ਦੀ ਭਿਆਨਕ ਬਿਮਾਰੀ ਹੋ ਗਈ ਆ। ਹਾਂਜੀ ਗੁਰਮੀਤ ਜੀ, ਘੋੜਾ ਕਿੱਦਾਂ ਤੁਹਾਡਾ? ਡਾਕਟਰ ਸਾਹਿਬ, ਘੋੜਾ ਤਾਂ ਵਿਚਾਰਾ ਉੱਦਾਂ ਹੀ ਬਿਮਾਰ ਹੈ, ਨਾ ਕੁਝ ਖਾ ਰਿਹਾ ਤੇ ਨਾ ਕੁਝ ਪੀ ਰਿਹਾ, ਨਾ ਹੀ ਖੜਾ ਹੋ ਰਿਹਾ। ਫਿਰ ਤਾਂ ਲੱਗਦਾ ਘੋੜੇ ਨੂੰ ਮਾਰਨਾ ਹੀ ਪੈਣਾ। ਚਲੋ ਮੈਂ ਦੇਖਦਾ ਘੋੜੇ ਨੂੰ। ਤੁਹਾਡਾ ਘੋੜਾ ਤਾਂ ਠੀਕ ਹੋਣ ਲੱਗ ਗਿਆ, ਲੱਗਦਾ ਮੇਰੀ ਦਵਾਈ ਕੰਮ ਕਰ ਗਈ। ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਹੁਣੇ ਹੌਲੀ ਹੌਲੀ ਸਾਰਾ ਠੀਕ ਹੋ ਜਾਊਗਾ। ਧੰਨਵਾਦ ਡਾਕਟਰ ਸਾਹਿਬ, ਘੋੜੇ ਦੇ ਠੀਕ ਹੋਣ ਦੀ ਖੁਸ਼ੀ ਚ ਅੱਜ ਮੁਰਗਾ ਵੱਢਾਂਗੇ, ਤੁਸੀਂ ਵੀ ਜ਼ਰੂਰ ਖਾ ਕੇ ਜਾਇਓ।